Like the video, subscribe to the channel and press the bell icon for latest video update. दोस्तों एक खबर आई थी जिदे विच ये दस्या गया थी कि जगजीत कौर नां दी लड़की जो कि प्रीस्ट जो गुरुद्वारा तंबू साहब विखे जो ग्रंथी है ज्ञानी भगवान सिंह उन्हां दी बेटी है उन्हां दा फोर्सिवली मुस्लिम लड़के नाल शादी की गई है जी। ਇਹਦਾ ਸਿੱਖ ਜਗਤ ਵਿੱਚ ਬਹੁਤ ਰੋਸ ਹੋਇਆ ਹੈਗਾ। SCPC ਨੇ ਵੀ ਇਹਦਾ ਬੜਾ ਸਖਤ ਨੋਟਿਸ ਲਿਆ ਹੈਗਾ। ਉਹਨਾਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੋ SCPC ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਸੰਬੰਧੀ ਤੁਰੰਤ ਐਕਸ਼ਨ ਲੈਣ ਲਈ ਆਖਿਆ ਹੈਗਾ ਤਾਂ ਕਿ ਜਸਟਿਸ ਮਿਲ ਸਕੇ ਫੈਮਿਲੀ ਨੂੰ। ਮੇਰਾ ਨਾਮ ਸੁਰਿੰਦਰ ਸਿੰਘ ਹੈ, ਮੇਰੇ ਵਾਲਦ ਸਾਹਿਬ ਦਾ ਨਾਮ ਭਗਵਾਨ ਸਿੰਘ ਹੈ ਜੋ ਗੁਰੂ ਕਰਕੇ ਇਹ ਗ੍ਰੰਥੀ ਹੈ। ਮੈਂ ਨਨਕਾਣਾ ਸਾਹਿਬ ਕਾ ਰਿਹਾਇਸ਼ੀ ਹੂੰ। ਕੱਲ੍ਹ ਰਾਤ ਕੋ ਹਮਾਰੇ ਪਰਿਵਾਰ ਕੇ ਸਾਥ ਇੱਕ ਬਹੁਤ ਦਰਦਨਾਕ ਵਾਕਿਆ ਹੋਇਆ ਹੈ। ਕੁਛ ਗੁੰਡੇ ਰਾਤ ਕੋ ਹਮਾਰੇ ਘਰ ਪੇ ਆਏ, ਉਹਨਾਂ ਹਮਾਰੀ ਛੋਟੀ ਬਹਿਨ ਕੋ ਰਸੀਟ ਕੇ ਲੈ ਗਏ ਔਰ ਉਨਕੋ ਜ਼ਬਰਦਸਤੀ ਟੋਰਚਰ ਕਰਕੇ ਇਸਲਾਮ ਕਬੂਲ ਕਰਵਾਇਆ। ਸੁਬਹਾ ਮੈਂ ਹਮ ਥਾਣੇ ਚਲੇ ਗਏ ਔਰ ਹਮਨੇ FIR ਕਟਵਾਇਆ, SHO ਕੇ ਪਾਸ ਚਲੇ ਗਏ, DCO ਕੇ ਪਾਸ, ਪਰ ਕਿਸੇ ਨੇ ਹਮੇ ਇਨਸਾਫ ਨਹੀਂ ਦਿਲਾਇਆ, ਕਿਸੇ ਨੇ ਹਮਾਰੀ ਬਾਤ ਨਹੀਂ ਸੁਣੀ। ਉਸਕੇ ਬਾਅਦ ਜਬ ਹਮ ਵਾਪਸ ਘਰ ਆਏ ਤੋ ਕੁਛ ਦੇਰ ਪਹਿਲੇ ਵੋ ਹੀ ਲੋਕ ਦੁਬਾਰਾ ਆਏ ਔਰ ਉਹਨੇ ਹਮੇ ਧਮਕੀ ਦੀ, ਅਗਰ ਆਪ ਲੋਗੋ ਨੇ FIR ਵਾਪਸ ਨਾ ਲਿਆ ਤੋ ਆਪ ਲੋਗੋ ਕੋ ਵੀ ਮੁਸਲਮਾਨ ਹੋਣਾ ਪੜੇਗਾ, ਅਗਰ ਆਪ ਲੋਗੋ ਨੇ ਯਹਾਂ ਰਹਿਣਾ ਹੈ ਤੋ। ਮੇਰੀ PM ਇਮਰਾਨ ਖਾਨ ਔਰ ਚੀਫ ਜਸਟਿਸ ਸੇ ਅਪੀਲ ਹੈ, ਗੁਜ਼ਾਰਿਸ਼ ਹੈ ਕਿ ਵੋ ਹਮੇ ਇਨਸਾਫ ਕਰੇ, ਹਮਾਰੇ ਸਾਥ ਇਨਸਾਫ ਕਰੇ, ਹਮੇ ਤਹਫ਼ੁਜ਼ ਮੇ ਰੱਖੇ, ਜੋ ਹਮੇ ਧਮਕੀਆਂ ਦੀ ਜਾ ਰਹੀ ਹੈ ਹਮੇ ਆਗੇ ਵੀ ਤਹਫ਼ੁਜ਼ ਮੇ ਰੱਖਾ ਜਾਏ। ਅਗਰ ਐਸਾ ਨਾ ਕੀਆ ਗਿਆ ਔਰ ਮੈਂ 31 ਤਰੀਕ ਕੋ ਗਵਰਨਰ ਹਾਊਸ ਕੇ ਆਗੇ ਸਾਹਮਣੇ ਪੂਰੇ ਪਰਿਵਾਰ ਕੇ ਸਾਥ ਖੁਦ ਕੋ ਜਲਾ ਦੂੰਗਾ। ਔਰ ਮੇਰੀ ਇੱਕ ਬਾਤ ਔਰ ਕਿ ਹਮਾਰੀ ਬਹਿਨ ਕੋ ਹਮੇ ਖੁਦ ਲਾਜ਼ਮੀ ਚਾਹੀਏ, ਹਮਾਰੀ ਬਹਿਨ ਹਮੇ ਲਾਜ਼ਮੀ ਚਾਹੀਏ, ਵੋ ਹਮੇ ਵਾਪਸ ਦੇ ਦੀ ਜਾਏ। ਪਾਕਿਸਤਾਨ ਇਹ ਕਲੇਮ ਕਰਦਾ ਰਿਹਾ ਹੈਗਾ ਉਹਦੇ ਵਿੱਚ ਮਾਈਨੋਰਟੀਜ਼ ਹਿੰਦੂ ਅਤੇ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਜ਼ਾਦ ਹਨ। ਜੇ ਫੋਰਸੀਬਲ ਕਨਵਰਸ਼ਨ ਹੈਗੀ ਫਿਰ ਤਾਂ ਮਾੜੀ ਹੈਗੀ ਆ, ਜੇ ਉਹ ਮਿਊਚੁਅਲ ਕੰਸੈਂਟ ਆ ਫਿਰ ਜੁਦੀ ਗੱਲ ਹੈਗੀ। ਪਰ ਜਿੰਨਾ ਕੁ ਜਿਹੜਾ ਵੀਡੀਓ ਆਇਆ ਹੈਗਾ ਉਹਦੇ ਪੇਰੈਂਟਸ ਦਾ ਜਾਂ ਜੋ ਪ੍ਰੈਸ ਖਬਰਾਂ ਆਈਆਂ, ਇਵੇਂ ਲੱਗਦਾ ਹੈਗਾ ਇਹ ਫੋਰਸੀਬਲ ਮੈਰਿਜ ਹੈਗੀ। ਇਹਦੇ ਬਾਰੇ ਪੰਜਾਬ ਸਰਕਾਰ ਨੂੰ, ਜਿਹੜੀ ਪਾਕਿਸਤਾਨ ਦੀ ਪੰਜਾਬ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ।